ਅੱਜ ਇੱਕ ਅਹਿਮ ਮੁੱਦੇ ਨੂੰ ਲੈ ਕੇ ਜਿਸ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਤਾਨਾਸ਼ਾਹੀ ਵਾਲਾ ਵਤੀਰਾ ਇੱਕ ਵਾਰ ਫਿਰ ਉਹਨਾਂ ਦਾ ਸਾਹਮਣੇ ਆਇਆ, ਉਹਨੂੰ ਲੈ ਕੇ ਰੂਬਰੂ ਹੋਇਆ। ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ। ਉਹਨੂੰ ਜਵਾਬ ਦੇਣ ਲਈ ਮੈਂ ਸਭ ਤੋਂ ਪਹਿਲਾਂ ਦੋ ਲਾਈਨਾਂ ਜ਼ਰੂਰ ਸ਼ੇਅਰ ਦੇ ਰਾਹੀਂ ਦੱਸਣਾ ਚਾਹੂੰਗਾ। ਸੁਨੀਲ ਜਾਖੜ ਜੀ ਨੂੰ ਜਵਾਬ ਦੇਣਾ ਚਾਹੂੰਗਾ। ਸੁਨੀਲ ਜਾਖੜ ਜੀ, ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ। ਜਾਖੜ ਸਾਹਿਬ, ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ। ਬੇਸ਼ਰਮਾ ਦਾ ਨੀਵੀਂ ਪਾ ਕੇ ਸਰ ਜਾਂਦਾ ਹੈ। ਤੀਰ ਤਲਵਾਰ ਕਿਸੇ ਨੂੰ ਕੁਝ ਨਹੀਂ ਕਹਿੰਦੇ, ਆਪਣੀ ਨਜ਼ਰੇ ਗਿਰ ਕੇ ਬੰਦਾ ਮਰ ਜਾਂਦਾ ਹੈ। ਜਾਖੜ ਸਾਹਿਬ, ਅਰਵਿੰਦ ਕੇਜਰੀਵਾਲ ਜੀ ਉਹ ਸ਼ਖਸੀਅਤ ਹੈ ਜਿਨ੍ਹਾਂ ਨੇ ਭਾਜਪਾ ਦੀ ਤਾਨਾਸ਼ਾਹੀ ਦੇ ਅੱਗੇ ਘੁੱਟਣੇ ਨਹੀਂ ਟੇਕੇ, ਗੋਡੇ ਨਹੀਂ ਟੇਕੇ, ਜਿਨ੍ਹਾਂ ਨੇ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਇਸ ਕਰਕੇ ਅਰੈਸਟ ਕੀਤਾ ਗਿਆ ਕਿਉਂਕਿ ਬੀਜੇਪੀ ਦੀ ਮਣੀਪੁਰ 'ਚ ਜਿਹੜਾ ਔਰਤਾਂ ਦੇ ਖਿਲਾਫ ਅੱਤਿਆਚਾਰ ਸੀ, ਕੇਜਰੀਵਾਲ ਸਾਹਿਬ ਨੇ ਆਪਣੀ ਆਵਾਜ਼ ਬੁਲੰਦ ਕੀਤੀ। ਕੇਜਰੀਵਾਲ ਸਾਹਿਬ ਨੂੰ ਇਸ ਕਰਕੇ ਬੀਜੇਪੀ ਅਰੈਸਟ ਕਰ ਰਹੀ ਹੈ ਕਿ ਜਿਸ ਤਰੀਕੇ ਨਾਲ ਲਖੀਮਪੁਰ ਖੀਰੀ ਦੇ ਕਾਤਲ ਨੂੰ ਔਰ ਕਾਤਲ ਦੇ ਪਿਓ ਨੂੰ ਮੋਦੀ ਸਾਹਿਬ ਨੇ ਆਪਣੀ ਕੈਬਨਿਟ 'ਚ ਵੀ ਰੱਖਿਆ ਆ ਅਤੇ ਫਿਰ ਟਿਕਟ ਨਵਾਜਿਆ, ਉਹਦੇ ਖਿਲਾਫ ਜਿਹੜਾ ਆ ਕੇਜਰੀਵਾਲ ਸਾਹਿਬ ਆਵਾਜ਼ ਬੁਲੰਦ ਕਰਦੇ ਰਹੇ ਆ। ਕੇਜਰੀਵਾਲ ਸਾਹਿਬ ਨੂੰ ਇਸ ਕਰਕੇ ਬੀਜੇਪੀ ਨੇ ਅਰੈਸਟ ਕੀਤਾ ਹੈ ਕਿ ਜਿਹੜੀਆਂ ਸਾਡੀਆਂ ਓਲੰਪੀਅਨ ਕੁੜੀਆਂ ਜਿਹੜੀਆਂ ਕਈ ਮਹੀਨੇ ਧਰਨੇ 'ਤੇ ਦਿੱਲੀ ਬੈਠੀਆਂ ਰਹੀਆਂ, ਜਿਹਦਾ ਬੀਜੇਪੀ ਦੇ ਜਾਖੜ ਸਾਹਿਬ ਤੁਹਾਡੀ ਪਾਰਟੀ ਦੇ ਇੱਕ ਮੈਂਬਰ ਪਾਰਲੀਮੈਂਟ ਨੇ ਬ੍ਰਜਭੂਸ਼ਣ ਨੇ ਸੈਕਸੁਅਲ ਹਰਾਸਮੈਂਟ ਕੀਤੀ ਆ, ਲੇਕਿਨ ਤੁਸੀਂ ਜਸਟਿਸ ਨਹੀਂ ਦਿੱਤਾ। ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਨੂੰ ਬਚਾਉਣ ਲਈ ਅਰਵਿੰਦ ਕੇਜਰੀਵਾਲ ਜੀ ਦੀ ਆਵਾਜ਼ ਜਿਹੜੀ ਆ ਸੰਸਦ ਤੋਂ ਲੈ ਕੇ ਸੜਕ, ਸੜਕ ਤੋਂ ਲੈ ਕੇ ਦੇਸ਼ ਦੇ ਜਨ ਜਨ ਤੱਕ ਹਮੇਸ਼ਾ ਗੂੰਜਦੀ ਰਹੀ ਹੈ। ਔਰ ਅਸੀਂ ਕੰਪਰੋਮਾਈਜ਼ ਨਹੀਂ ਕੀਤਾ, ਅਸੀਂ ਬੀਜੇਪੀ ਦੀ ਉਸ ਵਾਸ਼ਿੰਗ ਮਸ਼ੀਨ 'ਚ ਨਹੀਂ ਧੁੱਪੇ ਜਿਹਦੇ ਰਾਹੀਂ ਤੁਸੀਂ ਚਾਹੇ ਉਹ ਨਰਾਇਣ ਰਾਣੇ ਹੋਵੇ, ਚਾਹੇ ਅਜੀਤ ਪਵਾਰ ਹੋਵੇ। ਕੇਜਰੀਵਾਲ ਸਾਹਿਬ ਅਜੀਤ ਪਵਾਰ ਨਹੀਂ ਬਣੇ, ਕੇਜਰੀਵਾਲ ਸਾਹਿਬ ਹੇਮੰਤ ਬਿਸਵਾ ਸ਼ਰਮਾ ਨਹੀਂ ਬਣੇ, ਕੇਜਰੀਵਾਲ ਸਾਹਿਬ ਜਿਹੜਾ ਸੁਭਿੰਦਰ ਅਧਿਕਾਰੀ ਨਹੀਂ ਬਣੇ, ਜਿਨ੍ਹਾਂ ਨੇ ਬੀਜੇਪੀ ਦੇ ਅੱਗੇ ਗੋਡੇ ਟੇਕ ਤੇ। ਔਰ ਮੈਂ ਤੁਹਾਨੂੰ ਵੀ ਕਹਿਣਾ ਚਾਹੁੰਦਾ ਜਾਖੜ ਸਾਹਿਬ, ਜੇ ਅੱਜ ਤੁਸੀਂ ਵੀ ਕਾਂਗਰਸ 'ਚ ਹੁੰਦੇ ਨਾ ਤਾਂ ਅੱਜ ਤੁਸੀਂ ਵੀ ਜੇਲ੍ਹ ਦੇ ਅੰਦਰ, ਤੁਹਾਨੂੰ ਭਾਜਪਾ ਨੇ ਜਿਹੜਾ ਬੰਦ ਕਰ ਦੇਣਾ ਸੀ।